ਕੰਗ੍ਰੈਚੁਲੇਸ਼ਨਸ ਤੁਹਾਨੂੰ ਮੈਮ, ਬਹੁਤ ਬਹੁਤ। ਥੈਂਕ ਯੂ ਸਰ। ਸੋ ਆਰਤੀ, ਕਿੰਨਵਾਂ ਅਟੈਂਪਟ ਸੀ ਤੁਹਾਡਾ ਇਹ? ਇਹ ਸਰ ਮੇਰਾ ਸੈਕਿੰਡ ਅਟੈਂਪਟ ਸੀਗਾ। ਸੈਕਿੰਡ ਅਟੈਂਪਟ ਸੀਗਾ। ਫਰਸਟ ਅਟੈਂਪਟ ਚ ਕਿੰਨੀ ਸਕੋਰਿੰਗ ਸੀ ਤੁਹਾਡੀ? ਫਰਸਟ ਅਟੈਂਪਟ ਚ 56 ਸੀ ਸਰ। 56 ਸੀਗੀ ਸਕੋਰਿੰਗ। ਹਾਂਜੀ, ਤੇ ਸੈਕਿੰਡ ਅਟੈਂਪਟ ਚ ਕਿੰਨੀ ਆਈ ਆ? ਸੈਕਿੰਡ ਅਟੈਂਪਟ ਜੋ 60 ਆਏ ਆ ਸਰ, ਮੇਰੀ ਰਿਕੁਆਇਰਮੈਂਟ ਪੂਰੀ ਹੋਗੀ। ਸੋ ਕੰਗ੍ਰੈਚੁਲੇਸ਼ਨਸ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਸਰ। ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ, ਜਿਵੇਂ ਮੈਨੂੰ ਮੇਰੀ ਪ੍ਰੈਫਰੈਂਸ ਇਹ ਹੈ ਤੁਹਾਡੇ ਤੋਂ ਜ਼ਰੂਰ ਕੋਚਿੰਗ ਲੈਣ, ਕਿਉਂਕਿ ਮੈਂ ਆਫਲਾਈਨ ਵੀ ਲੈ ਕੇ ਦਿੱਤੀ ਹੈ, ਮੈਂ ਆਨਲਾਈਨ ਵੀ ਲਿੱਤੀ ਹੋਈ ਇੱਥੇ। ਪਰ ਜਿਹੜਾ ਤੁਹਾਡਾ ਤਰੀਕਾ ਹੈ ਨਾ ਸਰ, ਕੋਈ ਨਹੀਂ ਪੜ੍ਹਾ ਸਕਦਾ। ਤੁਸੀਂ ਪ੍ਰੋਪਰ ਗਾਈਡੈਂਸ ਦਿੰਦੇ ਹੋ, ਤੁਸੀਂ ਪ੍ਰੋਪਰ ਫੋਕਸ ਰੱਖਦੇ ਹੋ ਵੀ ਕਿਹੜੇ ਕਿਹੜੇ ਪਾਰਟ ਬਹੁਤ ਜ਼ਰੂਰੀ ਨੇ। ਸਭ ਤੋਂ ਮੇਨ ਇਹ ਤੁਹਾਡਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਿਆ। ਥੈਂਕ ਯੂ ਸਰ। ਨਾਲੇ ਤੁਸੀਂ ਇਹਨੇ ਸਾਰੇ ਬੱਚਿਆਂ ਨੂੰ ਇਕੱਠਾ ਪੜ੍ਹਾ ਰਹੇ ਹੋ, ਫਿਰ ਵੀ ਮਤਲਬ ਕੋਈ ਦਿੱਕਤ ਨਹੀਂ ਕਿਸੇ ਬੱਚੇ ਨੂੰ ਵੀ, ਸਾਰੇ ਸਟੱਡੀ ਆਰਾਮ ਨਾਲ ਵਧੀਆ ਨਾਲ ਕਰ ਰਹੇ ਹਾਂ, ਮੈਨੂੰ ਇਹ ਸਭ ਤੋਂ ਸੀਗਾ ਪਹਿਲਾਂ। ਥੈਂਕ ਪਰ ਸੀਰੀਅਸਲੀ ਤੁਹਾਡਾ ਤਰੀਕਾ ਬਹੁਤ ਵਧੀਆ ਹੈ, ਤੁਸੀਂ ਪੂਰਾ ਸਮਝਾਉਂਦੇ ਵੀ ਹੋ, ਫਿਰ ਬਾਅਦ ਚੋਂ ਸਾਰੇ ਡਾਊਟਸ ਵੀ ਕਲੀਅਰ ਕਰਦੇ ਹੋ। ਕਦੇ ਵੀ ਕੋਈ ਹੈਲਪ ਦੀ ਜ਼ਰੂਰਤ ਹੁੰਦੀ ਹੈ, ਐਨੀ ਟਾਈਮ ਤੁਸੀਂ ਕਾਲ ਵੀ ਪਿੱਕ ਕਰਦੇ ਹੋ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਆਰਤੀ, ਮੈਂ ਇੱਕ ਚੀਜ਼ ਤੁਹਾਡੇ ਤੋਂ ਕਲੀਅਰ ਕਰੂੰਗਾ, ਕਿੰਨੇ ਟਾਈਮ ਦੀ ਆਨਲਾਈਨ ਕਲਾਸਿਸ ਲਈਆਂ ਤੁਸੀਂ? ਸਰ ਮੇਰਾ 1 ਮੰਥ ਦਾ ਕੋਰਸ ਸੀਗਾ, ਬਟ ਮੈਂ ਇਹੀ 20 ਡੇਜ਼ ਤੱਕ, ਤੋਂ ਬਾਅਦ ਮੇਰਾ ਫੋਕਸ ਸੀਗਾ ਮੈਂ ਐਗਜ਼ਾਮ ਦੇਣਾ। ਵੈਸੇ ਅੱਜ ਮੇਰਾ ਕੰਪਲੀਟ ਹੋਇਆ ਤੁਹਾਡੇ ਕੋਲ ਕੋਰਸ ਨਾ। ਮਤਲਬ 15 ਡੇਜ਼ ਦੇ ਅੰਦਰ ਤੁਸੀਂ ਮਤਲਬ ਕਰ ਹਾਂਜੀ ਲਓ ਹਾਂਜੀ ਸਾਰਾ। ਹਾਂਜੀ ਸਰ। ਸੋ ਵੈਰੀ ਗੁੱਡ। ਤੇ ਆਰਤੀ, ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛੂੰਗਾ ਵੀ ਕਿਹੜੀ ਐਪ ਤੋਂ ਪ੍ਰੈਕਟਿਸ ਕਰਦੇ ਸੀ ਆਪਾਂ? ਐਪ ਯੂਨੀ ਤੋਂ ਸਰ। ਐਪ ਯੂਨੀ ਤੋਂ ਪ੍ਰੈਕਟਿਸ ਕਰਦੇ ਸੀ। ਹਾਂਜੀ ਲੱਗਿਆ ਵੀ ਐਪ ਯੂਨੀ ਤੋਂ ਐਗਜ਼ਾਮ ਥੋੜਾ ਡਿਫਿਕਲਟ ਹੁੰਦਾ ਕੁਛ ਵੀ? ਨਹੀਂ ਸਰ, ਐਗਜ਼ਾਮ ਤਾਂ ਮਤਲਬ ਐਪ ਯੂਨੀ ਵਰਗਾ ਹੀ ਹੈ, ਵੈਸੇ ਕੋਈ ਜ਼ਿਆਦਾ ਡਿਫਿਕਲਟ ਨਹੀਂ ਹੈਗਾ। ਬਲਕਿ ਮੈਨੂੰ ਐਪ ਯੂਨੀ ਤੋਂ ਕੁਝ ਚੀਜ਼ਾਂ ਠੀਕ ਲੱਗਦੀਆਂ, ਬਟ ਉਹੀ ਹੈ ਟ੍ਰਿਕਸ ਹੋਣੀ ਚਾਹੀਦੀਆਂ। ਜਿਵੇਂ ਤੁਹਾਡੀ ਸਮਰੀ ਦੀ ਸੀਗੀ, ਲਿਸਨਿੰਗ ਦੀ, ਪਹਿਲੇ ਮੈਂ ਕੋਈ ਹੋਰ ਟ੍ਰਿਕ ਨਾਲ ਕਰ ਰਹੀ ਸੀ ਤਾਂ ਨਹੀਂ ਆਉਂਦੇ ਸੀ, ਜਦ ਤੋਂ ਜਿਹੜੀ ਤੁਸੀਂ ਦੱਸੀ ਹੈ ਹਮੇਸ਼ਾ 10 ਚੋਂ 10 ਆਉਂਦੇ ਸੀਗੇ ਮੇਰੇ, ਤਾਂ ਉਹ ਤੇ ਜੋ ਤਰੀਕਾ ਹੁੰਦਾ ਬਸ। ਰਾਈਟਿੰਗ ਦਾ ਟੈਂਪਲੇਟ ਆਰਤੀ, ਐਗਜ਼ਾਮ ਚ ਹਾਂਜੀ ਬਹੁਤ ਬੱਚਿਆਂ ਦਾ ਵਰਕ ਨਹੀਂ ਕਰਦਾ ਪਿਆ। ਰਾਈਟਿੰਗ ਦਾ ਟੈਂਪਲੇਟ ਆਪਾਂ ਮੇਰਾ ਸਰ, ਮੈਂ ਤੁਹਾਡਾ ਜਿਹੜਾ ਤੁਸੀਂ ਟੈਂਪਲੇਟ ਜੀ ਦਿੱਤਾ ਸੀ ਸਰ, ਜਿਹੜਾ ਤੁਸੀਂ ਦਿੱਤਾ ਸੀ, ਬਲਕਿ ਮੈਂ ਇਹੀ ਕਹਿਣਾ ਚਾਹੁੰਦੀ, ਲਾਸਟ ਟਾਈਮ ਮੇਰੇ ਨਾ ਰਾਈਟਿੰਗ ਚੋਂ ਹੀ ਘੱਟ ਸੀਗੇ, ਇਸ ਓਕੇ ਟਾਈਮ ਤੁਹਾਡਾ ਟੈਂਪਲੇਟ ਯੂਜ਼ ਕੀਤਾ ਤਾਂ ਰਾਈਟਿੰਗ ਨੇ ਹੀ ਮੈਨੂੰ ਓਵਰਆਲ 60 ਲੈ ਲਿਆ। ਸ਼ਾਇਦ ਰਾਈਟਿੰਗ ਚੋਂ ਨਾ ਵਧੇ ਤਾਂ ਮੈਂ ਫੇਲ ਰਹਿ ਜਾਣਾ ਸੀਗਾ, ਪਰ ਸੋ ਰਾਈਟਿੰਗ ਦੇ ਟੈਂਪਲੇਟ ਵਰਕ ਹਾਂ ਕੀਤਾ ਜੋ ਨਿਊ ਆਪਾਂ ਸ਼ੇਅਰ ਕੀਤਾ ਹਾਂਜੀ ਸੀਗਾ? ਸਰ, ਟੈਂਪਲੇਟ ਪੂਰਾ 100% ਵਰਕ ਕੀਤਾ ਸੋ ਮੇਰਾ ਵੀ ਤਾਂ। ਜੁਲਾਈ ਮੰਥ ਦੇ ਵਿੱਚ ਹੀ ਆਰਤੀ ਦਾ ਐਗਜ਼ਾਮ ਸੀ। ਆਰਤੀ, ਕਿੱਦਣ ਐਗਜ਼ਾਮ ਸੀ ਤੁਹਾਡਾ? 2 ਜੁਲਾਈ, 2 ਜੁਲਾਈ ਦਾ। ਕੱਲ ਹੀ ਐਗਜ਼ਾਮ ਸੀਗਾ। ਸੋ ਕੱਲ ਐਗਜ਼ਾਮ ਦੇ ਕੇ ਆਏ ਆ। ਸੋ ਆਰਤੀ ਦੇ ਵਧੀਆ ਸਕੋਰਿੰਗ ਆਈ ਆ, 60 ਉਹਨਾਂ ਦੇ, ਮੇਰੇ ਵੀ 60 ਜਾਂ 61 ਰਾਈਟਿੰਗ ਉਹਨਾਂ ਦੀ ਆ, ਬੈਸਟ ਸਕੋਰਿੰਗ ਆ। ਹਾਂਜੀ, ਹਰ 61 ਹੈ। ਟੈਂਪਲੇਟ ਵਰਕ ਕੀਤਾ ਵਾ। ਸੋ ਤੁਸੀਂ ਉਹ ਨਿਊ ਟੈਂਪਲੇਟ ਜਿਹੜਾ ਵਾ ਉਹ ਫੋਲੋ ਕਰ ਸਕਦੇ ਹੋ, ਜੁਲਾਈ ਦੇ ਵਿੱਚ ਉਹ ਪ੍ਰੋਪਰਲੀ ਵਰਕ ਕਰਦਾ ਪਿਆ ਵਾ। ਤੇ ਆਰਤੀ, ਇੱਕ ਸੈਕਿੰਡ ਚੀਜ਼ ਇਹ ਮੈਂ ਤੁਹਾਡੇ ਤੋਂ ਕਲੀਅਰ ਕਰੂੰਗਾ ਵੀ ਕੁਝ ਚੀਜ਼ਾਂ ਸੀਗੀਆਂ ਜੋ ਐਪੀ ਨੀਚੇ ਐਗਜ਼ਾਮ 'ਚ ਰਿਪੀਟ ਆਈਆਂ। ਸਰ ਮਤਲਬ ਹਾਂ, ਵਰਡ ਫਰੋਮ ਡਿਕਟੇਸ਼ਨਸ ਹੈਗੇ ਆ ਥੋੜੇ, ਉਹ ਰਹਿੰਦੇ ਆ, ਬਾਕੀ ਸਪੈਲਿੰਗਸ ਉਹੀ ਰਹਿੰਦੇ। ਜਿਹੜੇ ਲਿਸਨਿੰਗ ਐਪ ਯੂਨੀ ਦੀ ਹੈਗੀ ਨਾ ਲਿਸਨਿੰਗ ਵਾਲੇ, ਉਹ ਚੋਂ ਸੀਗੇ ਸਪੈਲਿੰਗਸ। ਰਿਪੀਟ ਆਈ ਸੀ ਐਗਜ਼ਾਮ 'ਚ? ਹਾਂਜੀ ਸਰ, ਠੀਕ ਮਤਲਬ ਜੀ ਸਪੈਲਿੰਗ ਜਿਹੜੀ ਉੱਥੇ ਅਲੱਗ ਤੋਂ ਵੋਕੈਬ ਦੀ ਦਿੱਤੀ ਹੋਈ ਨਾ, ਲਿਸਨਿੰਗ ਦੀ ਵੋਕੈਬ, ਜੀ ਜੀ ਉਹਦੇ ਜੀ ਵਿੱਚ ਵਰਡ ਸੀਗੇ। ਜਿਹੜੀ ਵੋਕੈਬ ਹਾਂਜੀ ਉੱਥੇ ਲੱਗ ਕੇ ਪ੍ਰੋਵਾਈਡ ਕੀਤੀ, ਮੈਂ ਤੁਹਾਨੂੰ ਦੱਸਿਆ ਸੀ ਉਹ ਵੋਕੈਬ ਜ਼ੋਨ। ਹਾਂਜੀ ਹਾਂਜੀ ਠੀਕ ਹੈ, ਵੋਕੈਬ ਹਾਂਜੀ ਲਿਸਟ। ਹਾਂਜੀ ਤੇ ਡਿਕਟੇਸ਼ਨਾਂ ਵਗੈਰਾ ਜਾਂ ਹੋਰ ਕੋਈ ਚੀਜ਼ 'ਚ ਰਿਪੀਟ ਲੱਗਿਆ ਹੋਵੇ ਐਗਜ਼ਾਮ 'ਚ? ਸਰ ਇੰਨਾ ਬਸ, ਉਸ ਟਾਈਮ ਤਾਂ ਮੈਂ ਐਗਜ਼ਾਮ ਦਿੱਤਾ, ਇੰਨੇ ਕੁਐਸਚਨਸ ਯਾਦ ਨਹੀਂ ਹੈਗੇ ਆ। ਠੀਕ ਹੈ। ਤੇ ਆਰਤੀ, ਇੱਕ ਚੀਜ਼ ਇਹ ਦੱਸੋ, ਲਿਸਨਿੰਗ ਦੇ ਵਿੱਚ ਸਪੈਲਿੰਗ ਕਿੰਨੇ ਕੁ ਟਫ ਆਏ ਸੀਗੇ ਜ਼ਿਆਦਾ ਤੋਂ ਜ਼ਿਆਦਾ? ਨਹੀਂ ਸਰ, ਸਪੈਲਿੰਗ ਮੈਨੂੰ ਤਾਂ ਸ਼ਾਇਦ ਈਜ਼ੀ ਆਏ ਸੀਗੇ, ਮੈਨੂੰ ਜਿੱਥੇ ਲੱਗਦਾ ਮੇਰਾ ਲਿਸਨਿੰਗ ਦਾ ਸਿਰਫ ਇੱਕ ਦੇ ਸਪੈਲਿੰਗ ਦੇ ਵਿੱਚ ਮੇਰੀ ਮਿਸਟੇਕ ਜੀ ਸੀਗੀ, ਬਾਕੀ ਠੀਕ ਹੈ, ਮੇਰੇ ਵੱਲੋਂ ਸਪੈਲਿੰਗ ਸਾਰੇ ਮੈਨੂੰ ਈਜ਼ੀ ਲੱਗੇ ਸੀਗੇ। ਬੇਸਿਕ ਸਪੈਲਿੰਗ ਸੀਗੇ। ਹਾਂ
ਬੇਸਿਕ ਸਪੈਲਿੰਗ ਸੀਗੇ, ਕੋਈ ਟਫ ਨਹੀਂ ਸੀਗਾ ਸਰ। ਠੀਕ ਹੈ ਤੇ ਤੇ ਮੈਂ ਮੈਮ ਕ੍ਰਾਈਟੀਰੀਆ, ਇੱਕ ਵਰਡ ਯਾਦ ਆ ਮੈਨੂੰ, ਕ੍ਰਾਈਟੀਰੀਆ ਆਇਆ ਸੀਗਾ ਮੇਰੇ ਕੋਲ, ਇੱਕ ਠੀਕ ਹੈ ਜੀ ਫੰਡਾਮੈਂਟਲ ਆਇਆ ਸੀਗਾ, ਠੀਕ ਹੈ ਜੀ। ਮਤਲਬ ਈਜ਼ੀ ਸਪੈਲਿੰਗ ਸੀਗੇ ਸਰ। ਤੇ ਸਪੀਕਿੰਗ ਦੇ ਵਿੱਚ ਤੁਹਾਨੂੰ ਕੁਝ ਲੱਗਿਆ ਹੋਵੇ, ਕੁਝ ਚੀਜ਼ ਡਿਫਿਕਲਟ ਆਈ ਹੈ, ਕੁਝ ਲੈਂਥੀ ਆਈ ਆ? ਨਹੀਂ ਸਰ, ਸਪੀਕਿੰਗ ਵੀ ਈਜ਼ੀ ਸੀਗੀ, ਰੀਡ ਲੋਡ ਕਿੰਨੇ ਕੁ ਟਫ ਸੀਗੇ ਰੀਡ ਲਾਊਡ ਈਜ਼ੀ ਸੀਗੇ, ਕੋਈ ਵਰਡ ਐਸ ਉਹਨਾਂ ਚੋਂ ਕੰਪੇਅਰ ਮੈਨੂੰ ਆਪਾਂ ਕੋਈ ਕਰਕੇ ਦੇਖੀਏ ਐਪ ਯੂਨੀ ਤੋਂ? ਐਪ ਯੂਨੀ ਚੋਂ, ਬਲਕਿ ਸਰ ਥੋੜੇ ਜਿਹੇ ਟਫ ਹੈ, ਪਰ ਉੱਥੇ ਮੈਨੂੰ ਐਗਜ਼ਾਮ ਚੋਂ ਈਜ਼ੀ ਲੱਗੀ, ਕੋਈ ਵਰਡ ਉਹ ਨਹੀਂ ਸੀਗਾ ਵੀ ਜਿਹੜੇ ਪ੍ਰੋਨਾਂਸੀਏਸ਼ਨ ਆਪਾਂ ਨਹੀਂ ਕਰ ਸਕਦੇ। ਤੇ ਰਿਪੀਟ ਸੈਂਟੈਂਸ ਦੀ ਲੈਂਥ ਵਗੈਰਾ ਮੈਮ? ਨਹੀਂ, ਰਿਪੀਟ ਸੈਂਟੈਂਸਿਸ ਵੀ ਲੈਂਥੀ ਨਹੀਂ ਸੀਗੇ, ਬਲਕਿ ਆਪਾਂ ਉਹਰੇ 1.2 ਸਪੀਡ ਨਾਲ ਕਰਦੇ ਨਾ, ਉੱਥੇ ਮੈਨੂੰ ਲੱਗਦਾ ਸ਼ਾਇਦ 1.0 ਹੀ ਆਈ ਸੀਗੀ ਨੋਰਮਲ ਸਪੀਡ ਨੋਰਮਲ ਆਈ ਸਪੀਡ। ਸੀਗੀ ਹਾਂਜੀ ਤੇ ਸਰ, ਨੋਰਮਲ ਲੈਂਥੀ ਸਪੀਡ, ਕਿੰਨੇ ਕੁ ਸੀਗੇ ਲੰਬੇ, ਕਿੰਨੇ ਕੁ ਐਸੀ ਕੁਸ਼ਚਨ ਦੱਸ ਜਾਣ? ਲੈਂਥੀ ਸੀਗੀ ਸਰ 7 to 8 ਤੱਕ ਸੀਗੇ ਵਰਡਸ, 8 to 9 ਤੱਕ, ਇਸ ਮਤਲਬ ਤੋਂ ਜ਼ਿਆਦਾ ਲੈਂਥੀ, 8-9 ਤੱਕ ਹਾਂ ਆਏ ਸੀ। 8 9 ਤੱਕ ਸੀਗੇ, ਇਸ ਤੋਂ ਜ਼ਿਆਦਾ ਲੈਂਥੀ ਨਹੀਂ ਸੀਗੇ ਸਪੀਕਿੰਗ ਚ ਟੈਂਪਲੇਟ ਕਿਹੜੇ ਫੋਲੋ ਕੀਤੇ ਮੈਮ? ਸਰ। ਤੁਹਾਡੇ ਸਾਰਾ ਟੈਂਪਲੇਟ ਤੁਹਾਡਾ ਹੀ ਫੋਲੋ ਕੀਤਾ, ਮੈਂ ਚੇਂਜ ਕਰਤਾ ਸੀਗਾ ਕਿਉਂਕਿ ਪਹਿਲਾਂ ਮੇਰੀ ਸਕੋਰਿੰਗ ਨਹੀਂ ਆ ਰਹੀ ਸੀ ਐਪ ਯੂਨੀ ਦੇ ਵਿੱਚ ਵੀ, ਤੁਹਾਡਾ ਟੈਂਪਲੇਟ ਚੇਂਜ ਕਰਕੇ ਮੈਂ ਹੈਜ਼ਿਟੇਸ਼ਨ ਵੀ ਨਹੀਂ ਹੁੰਦੀ ਸੀ, ਮੈਨੂੰ ਬਿਲਕੁਲ ਵੀ ਆਰਾਮ ਨਾਲ ਈਜ਼ੀ ਬੋਲਦੀ ਸੀ ਮੈਂ। ਸੋ ਵੈਰੀ ਗੁੱਡ, ਕੰਗ੍ਰੈਚੁਲੇਸ਼ਨਸ ਤੁਹਾਨੂੰ, ਬਹੁਤ ਬਹੁਤ ਆਰਤੀ, ਐਂਡ ਥੈਂਕ ਥੈਂਕ ਯੂ ਯੂ ਸਰ। ਸੋ ਮਚ ਰਿਵਿਊ ਦੇਣ ਵਾਸਤੇ। ਇੱਕ ਰਿਵਿਊ ਨੇ ਇੰਨੀ ਕੁ ਚੀਜ਼ ਹੋ ਜਾਂਦੀ, ਬੱਚਿਆਂ ਨੂੰ ਪਤਾ ਲੱਗ ਜਾਂਦਾ ਪੇਪਰ ਕਿੰਨਾ ਹਾਂਜੀ ਹੋ ਸਰ, ਗਿਆ। ਹੁਣ ਜੁਲਾਈ ਮੰਥ ਦੀ ਸਟਾਰਟਿੰਗ ਆ, ਬੋਨੀ ਤੁਹਾਡੇ ਤੋਂ ਹੋ ਗਈ ਜੁਲਾਈ ਦੀ, ਠੀਕ ਹੈ ਜੀ, ਹਾਂਜੀ ਸਰ, ਪਤਾ ਲੱਗ ਗਿਆ ਕਿ ਜੁਲਾਈ ਦੇ ਹਾਂਜੀ ਵਿੱਚ ਸਕੋਰ ਕਿਵੇਂ ਦੇ ਆਉਂਦੇ ਪਏ ਆ, ਟੈਂਪਲੇਟ ਵਰਕ ਕਰਦੇ ਪਏ ਕਿ ਨਹੀਂ ਕਰਦੇ ਪਏ। ਸੋ ਹਾਂਜੀ ਸਰ, ਕੰਗ੍ਰੈਚੁਲੇਸ਼ਨ ਤੁਹਾਨੂੰ, ਬਹੁਤ ਬਹੁਤ ਆਰਤੀ, ਐਂਡ ਥੈਂਕ ਯੂ ਸੋ ਮਚ ਰਿਵਿਊ ਦੇਣ ਵਾਸਤੇ। ਥੈਂਕ ਯੂ ਸਰ, ਥੈਂਕ ਯੂ ਮੈਮ। ਥੈਂਕ ਯੂ।